ਦੇ ਹਾਲਾਤ ਕਾਫੀ ਖਰਾਬ ਨੇ ਆਪਾਂ ਕਹਿ ਸਕਦੇ ਹਾਂ ਕਿ ਵਰਸ ਨਹੀਂ ਪੰਜਾਬ ਦੇ ਹਾਲਾਤਾਂ ਨਾਲੋਂ ਪੰਜਾਬ ਦੇ ਹਾਲਾਤ ਹੋ ਠੀਕ ਨੇ ਪੰਜਾਬ ਦੇ ਹਾਲਾਤ ਪਹਿਲਾਂ ਸੀ ਉਹਦੇ ਨਾਲ ਵੀ ਕਸ਼ਮੀਰ ਦੇ ਹਾਲਾਤ ਬਹੁਤ ਖਰਾਬ ਨੇ ਲੇਕਿਨ ਪੰਜਾਬੀ ਟ੍ਰਿਬਿਊਨ ਦੀ ਨਿਊਜ਼ ਹੈ ਕਿ ਕਸ਼ਮੀਰੀ ਪੰਡਿਤ ਗੁਰਦੁਆਰੇ ਗਏ ਹੈ ਔਰ ਜਾ ਕੇ ਅਰਦਾਸ ਕੀਤੀ ਹੈ ਕਿ ਸਾਨੂੰ ਪੰਜਾਬ ਹੀ ਬਚਾ ਸਕਦਾ ਹੈ ਸਾਨੂੰ ਪੰਜਾਬ ਦੇ ਲੋਕ ਹੀ ਬਚਾ ਸਕਦੇ ਨੇ ਇੱਕ ਬੜੀ ਖੂਬਸੂਰਤ ਗੱਲ ਮੈਂ ਯਾਦ ਕੀ ਤੁਹਾਡੇ ਲਈ ਲੌਜਿਕ ਦੇ ਸਿੱਧੂ ਸੁਣੇ ਕਿੱਥੋਂ ਤੁਰੇ ਬ੍ਰਾਹਮਣ ਕਿੱਥੋਂ ਤੁਰੇ ਬ੍ਰਾਹਮਣ ਕਿਸ ਦੇ ਦੁਆਰ ਪਹੁੰਚੇ ਨਾ ਹਰ ਦੁਆਰ ਪਹੁੰਚੇ ਕਿੱਥੋਂ ਪੁਕਾਰ ਉੱਠੀ ਤੇ ਕਿਸ ਨੇ ਸੁਣੀ ਦੁਹਾਈ ਉਹ ਬੇਕਸਾਂ ਦੀ ਟੋਲੀ ਆਨੰਦਪੁਰ ਹੀ ਕਿਉਂ ਆਈ ਆਨੰਦਪੁਰ ਸਾਹਿਬ ਕਸ਼ਮੀਰੀ ਪੰਡਿਤ ਪਹੁੰਚੇ ਸਨ ਗੁਰੂ ਤੇਗ ਬਹਾਦਰ ਸਾਹਿਬ ਕੋਲ ਗੁਰੂ ਗੋਬਿੰਦ ਸਿੰਘ ਬੜੇ ਛੋਟੇ ਸਨ ਪੁੱਤਰ ਦਾ ਇਮਤਿਹਾਨ ਸੀ ਪਰਖ ਬਾਪ ਦੀ ਸੀ ਜੋ ਤੇਗ ਲਟਕਦੀ ਸੀ ਉਹ ਕਿਸ ਦੇ ਨਾਪ ਦੀ ਸੀ ਉਦੋਂ ਕਸ਼ਮੀਰੀ ਪੰਡਿਤ ਸਾਹਮਣੇ ਪਿਓ ਤੇ ਪੁੱਤ ਨੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਸਾਹਮਣੇ ਅੱਖ ਨਾਲ ਅੱਖ ਮਿਲਾਈ ਤਾਂ ਕੀ ਗੱਲ ਸਮਝੀ ਉਦੋਂ ਗੁਰੂ ਗੋਬਿੰਦ ਸਿੰਘ ਜੀ ਬਾਪੂ ਦੀ ਗੱਲ ਸਮਝੀ ਤਾਂ ਪੁੱਤ ਮੁਸਕਰਾਇਆ ਕਲੀਆਂ ਵੀ ਖਿੜਖਿੜ ਹੱਸੀਆਂ ਫੁੱਲਾਂ ਤੇ ਰੰਗ ਆਇਆ ਕੀ ਗੱਲ ਸਮਝੀ ਇਹ ਖੂਨ ਮੰਗਦੇ ਨੇ ਬਲੀਦਾਨ ਮੰਗਦੇ ਨੇ ਇਹ ਲੋਕ ਮੇਰੇ ਬਾਪੂ ਦੀ ਜਾਨ ਮੰਗਦੇ ਫੈਸਲਾ ਵੀ ਨਾਲ ਸੁਣਾਤਾ ਗੁਰੂ ਗੋਬਿੰਦ ਸਿੰਘ ਜੀ ਜੇ ਖੂਨ ਮੰਗਦੇ ਨੇ ਤੱਕ ਕੇ ਰੁੜੇਗਾ ਇਸ ਤਰ ਤੇ ਜੋ ਵੀ ਆਇਆ ਖਾਲੀ ਨਹੀਂ ਮੁੜੇਗਾ ਵਾਟਰ ਆਉਣਾ ਉਦੋਂ ਪਹਿਲਾਂ ਕੰਮ ਦੀਆਂ ਗੱਲਾਂ ਕਰ ਹੀ ਲਈਏ ਵੇਖਿਆ ਕਿ ਉਦੋਂ ਬਾਅਦ ਤਾਂ ਯਾਦਾਸ਼ਤ ਸਭ ਦੀ ਗਾਇਬ ਹੋ ਜਾਣੀ ਸੁੰਦਰ ਕੌਰ ਗਾ ਰਹੀ ਹੈ ਕਿ ਜਗਮੋਹਨ ਕੌਰ ਗਾ ਰਹੀ ਹੈ ਕਿ ਸੁੰਦਰ ਕੌਰ ਝੱਲੀ ਗਾ ਰਹੀ ਹੈ ਕਿ ਫਲਾਣੀ ਮੱਲੀ ਗਾ ਰਹੀ ਹੈ ਪਤਾ ਨਹੀਂ ਲੱਗਦਾ ਹਿਟਲਰ ਸਾਹਿਬ ਇਨਾਮ ਭੇਜ ਰਹੇ ਨੇ ਮੈਂ ਬਹੁਤ ਉਹਨਾਂ ਦੀ ਧੰਨਵਾਦੀ ਹਾਂ ਕਿ ਉਹਨਾਂ ਨੇ ਅੱਛੇ ਢੰਗ ਦੇ ਨਾਲ ਅੱਛੇ ਗੀਤ ਤੇ ਪੜਚੋਲ ਕਰਕੇ ਮੈਨੂੰ ਇਨਾਮ ਭੇਜੇ ਲੋ ਇੱਕ ਆਖਰੀ ਸ਼ੇਰ ਤੁਸੀਂ ਬੜੀਆਂ ਗੱਲਾਂ ਸੁਣੀਆਂ ਹੋਣੀਆਂ ਪੀਰ ਪੈਗੰਬਰਾਂ ਦੀਆਂ ਗੱਲਾਂ ਸੁਣੀਆਂ ਹੋਣੀਆਂ ਗੁਰੂ ਨਾਨਕ ਦੇਵ ਜੀ ਇਕੱਲੇ ਸਿੱਖਾਂ ਦੇ ਨਹੀਂ ਸੀਗੇ ਹਿੰਦੂਆਂ ਦੇ ਮੁਸਲਮਾਨਾਂ ਦੇ ਨਨਕਾਣਾ ਸਾਹਿਬ ਮੁਸਲਮਾਨ ਵੀ ਮੰਨਦੇ ਨੇ ਲੇਕਿਨ ਜਿਹੜੀ ਗੱਲ ਮੈਂ ਕਰਨ ਲੱਗੀ ਗੁਰੂ ਨਾਨਕ ਦੇਵ ਜੀ ਦੀ ਉਹ ਤੁਸੀਂ ਅੱਜ ਤੱਕ ਸੁਣੀ ਨਹੀਂ ਹੋਣੀ ਪਲੀਜ਼ ਮੇਰੇ ਕੋਈ ਬੰਦਾ ਇਸ ਵਕਤ ਕੋਈ ਪੀਊਗਾ ਨਹੀਂ ਕੋਈ ਬੰਦਾ ਖਾਊਗਾ ਨਹੀਂ ਆਈ ਐਮ ਸੌਰੀ ਫਾਰ ਦੈਟ ਬਾਜੀ ਇਹ ਬੈਰਨ ਨੂੰ ਕਹੋ ਵਾਪਸ ਰਹਿ ਇਹਦੇ ਬਾਅਦ ਜੋ ਮਰਜ਼ੀ ਖਾਇਓ ਪਲੀਜ਼ ਸੁਣਿਓ ਹਿਟਲਰ ਸਾਹਿਬ ਗੁਰੂ ਨਾਨਕ ਦੇ ਗੀਤ ਲੋਕਾਂ ਨੇ ਗਾਏ ਨੇ ਬੜਾ ਕੁਛ ਲਿਖਿਆ ਲੇਕਿਨ ਜਿਹੜੀ ਗੱਲ ਮੈਂ ਸੁਣਾਉਣੀ ਗੁਰੂ ਨਾਨਕ ਦੇਵ ਜੀ ਬਾਰੇ ਤੁਸੀਂ ਸੁਣੀ ਨੀ
मन लोचदा सारे संसारियां दा मन भाई गस भाई प्लीज दो मिनट है जो लगता बात खानी है मैं दो घंटे डेढ़ ढाई घंटे रहूंगी तो तू बात मुड़ जाते ये तो बात प्लीज फर्स्ट सेकंड आई एम सॉरी फॉर दैट आई एम जस्ट लाइक सुनो मन लोचदा सारे संसारियां दा सुनो मन लोचदा सारे संसारियां दा कदे चरण साडे वेड़े पावे नानक पीर पैगंबर तड़क सार प्रभात दियां फेरियां विच किते आमो सामने आ जावे नानक लालो जिहा जे कोई गुरसिख लभे हौली जही दरवाजा खड़कावे नानक शायद एहो गुरु नानक दी बेबसी है लालो लभे ना कीवे घर जावे नानक को सी लेते हैं सीने वाले सागरों मीना शराब गिलास जाम मावा डोडे फीम तो फर्क तो नहीं कोई जरूरी तो नहीं अजी आंखों से भी पी लेते हैं पीने वाले तो जिन्होंने जिंदगी की खूबसूरत अखा नहीं देखी है वो मेरे बलै झाक दे नहीं करते जितने परहेजगार करते हैं जो तेरा एतबार करते हैं हश्र तक इंतजार करते हैं हम तेरी बंदगी करें या ना करें ऐ खुदा तेरे बंदों से प्यार करते हैं शराब पीते हैं बेहदों बेहिसाब पीते हैं सिनी पीनी अजय जी मैं तो वैसे गल करते कागजी कार्रवाई है जब कभी हम शराब पीते हैं बेहदों बेहिसाब पीते हैं मैं कशी के सुनहरे पर्दे में हम तो अपना शबाब पीते हैं ये कई बंदे बोतल देख के कहते भी बोतल आ गई हूं की कहें चिपावा किवें कजड़ावे अखियां चितू हर दिल चन्ना मेरा दिल
गीत में बड़ा रोमांटिक गा रही है इन आंखें पावा किवें कजला अखियां तू बसदा तुहाडे विच किन्ने बंदे है जेड़े कदे किसी अखां च बसे है हाथ खड़े करो फिर मैनू सोनी सदू जाके शराब पीओ जाम सौ जो रामा घराड़े पर जगमोहन कौर को सुनया नहीं जा सकता ने बंदे ने जिंदगी इश्क नहीं किया और जगमोहन कौर को समझ लेंगे सर गया Thank you.
खलोंदा माड़ी ना सौदा ना सावण देंदा नी कित्थों मिल गया बाल रिहाड़ी पोदी रात मैं थो मंगे खरबूजे ते मैं कित्थों पकावा बाड़ी पाठ पावा ओना सजना नू ते जिना ला के तोड़ना चाड़ी सच्ची गल वैसे मेनू तो बामणा मुंडे ने कोई है नहीं यूजी मैं जट्टा की कुड़ी है सो पता लग जाता ना सीनियर सुनी होती पंडित दाईशिक पंडित दाईशिक करे बलिया पूजदा मशूक नू पटाक तलिया पाड़िए दाईशिक मुनाफे खोरदा पाड़िए दाईशिक मुनाफे खोरदा पाड़िए दाईशिक अंग्रेजी वाली अगली नी अगली मीन्स भी कहां थे भी लखदा पर कुत्ती मशूक दी जो टाकी रखदा इश्क कुमार दा है तेल अख दे इश्क कुमार दा है तेल अख
Hey!
ਸੰਗ ਮਾਰਦੇ ਜਿੰਦੀ ਕੋਈ ਹੱਥਾਂ ਤੇ ਬੱਚੇ ਨਾਲ ਸਾਨੂੰ ਕੁੱਟ ਦੇ ਕਲੀਰੇ ਜੰਗ ਮਾਰਦੇ ਕੋਈ ਉਸ ਪਿਆਰ ਗਿਆ ਅੱਜ ਦਰ ਹੈ ਤਾਂ ਮਿਲਾਂ ਗੇ ਲੱਖ ਵਾਰੀ ਉਹ ਜੰਦਾ ਜੰਦਾ ਇੰਜ ਕਹਿ ਗਿਆ ਜੂ ਦਰ ਹੈ ਤਾਂ ਮਿਲਾਂ ਗੇ ਲੱਖ ਵਾਰੀ ਉਹ ਜੰਦਾ ਜੰਦਾ ਇੰਜ ਕਹਿ ਗਿਆ ਬਹਾਨੇ ਤੋਰ ਕਟੀ ਮੇਰਾ
دی بدل گی کوئی دی کھڑی بدل گی تو مکھا کھڑی بدل گی می مکھا کھڑی بدل گی آئی نی اکھا کھڑی بدل گی ترجمة
شاعر نے بڑی خوبصورت گل لکھی ہے یار دے متعلق انہوں نے لکھا خدا رب دی نہیں رسدا خدا رب دی نہیں رسدا رب دی ساں جنوں یار مناون دا چج ہووے اونوں مکے جان دی لوڑ نہیں جنوں یار دے ویکھیا حج ہووے او نچڑا دی عبادت بن جاندا ہے نچن دا جیکر چج ہووے ਕੋਈ ਨਾ ਕੋਈ ਨਾ ਜਿੰਨ ਕੱਟ ਲੂੰਗੀ ਲੀੜਾ ਲੱਗਾ
Hi, hi.
مزہ آیا تو مار دیو کہہ کے مروائی تک کی مروائی تاڑی ہاں جی بس We'll be right back.
ਵਿੱਚ ਲੋਕ ਇੰਨੇ ਸੈਲਫਿਸ਼ ਇੰਨੇ ਖੁਦਗਰਜ਼ ਹੋ ਜਾਂਦੇ ਨੇ ਉਹ ਚਾਹੁੰਦੇ ਨੇ ਕਿ ਉਹੀ ਦਿਖਾਈ ਦੇਵੇ ਜਿਹਨੂੰ ਉਹ ਪਿਆਰ ਕਰਦੇ ਨੇ ਐ ਕੁਛ ਨਿਜ਼ੇ ਨਾਲ ਸਭਨਾਂ ਦੀ ਇਸ ਤਰ੍ਹਾਂ ਦੀ ਹੋਈ ਹੋਣੀ ਹੈ ਇੱਕ ਜਗ੍ਹਾ ਕੁੱਤੀ ਮਰੇ ਫਕੀਰ ਦੀ ਚਉ ਚਉ ਨਿਤ ਕਰੇ ਇਸੇ ਗੱਲ ਨੂੰ ਦੂਜਾ ਕਵੀ ਕੁਛ ਹੋਰ ਨਾਲ ਲਿਖਿਆ ਕਿਤੇ ਸਾਥ ਉਹ ਕਹਿੰਦਾ ਓਏ ਕੁੱਤੀ ਮਰ ਕੇ ਕਾਂਡੜੇ ਤੇਰੀ ਨੀ ਜੀਵੇ ਮੇਰਾ ਯਾਰ ਹੋੜਤਾ
ਕਈ ਵਾਰੇ ਸਾਨੂੰ ਬੰਦੇ ਨੀ ਪਿਆਰ ਨਾਲ ਪੜ ਕੇ ਮਰੋੜੀ ਦੇ ਵੰਗਾ ਕੱਚ ਦੀਆਂ ਅੱਜ ਪਾਵੇਂ ਤੋੜ ਦੇ ਤੇ ਮੈਂ ਨਹੀਂ ਹੂੰ ਸੀ ਕਰਨੀ
Thank you.
ਉਹਨਾਂ ਦੇ ਪੁੱਤ ਟੈਂਟ ਦੇ ਵਿੱਚ ਐਨੇ ਸ਼ੇਕ ਕਰ ਦਿੰਦੇ ਨੇ ਟੈਂਟ ਵਾਲਾ ਕੱਢ ਦੇ ਰਿਹਾ ਤੇ ਉਹਨੂੰ ਇਹ ਕਹਿੰਦਾ ਜਿੱਦਾਂ ਮਾਤਾ ਨਿਕਲੀ ਹੋਈ ਹੈ ਐਨੀਆਂ ਮੋੜੀਆਂ ਕਰ ਦਿੰਦੇ ਨੇ ਦੇਖੋ ترجمة
سدھو صاحب اور سارے آئے ہوئے مہمان کوئی بھی غلطی یا گستاخی ہوگی ہوگی ہاتھ جوڑ کے ساری بنتی ہے تو چھوٹا ویر سمجھ کے معاف کرنا اور ساڈے ابائی جی ایک منٹ